Hey, what's up, guys? We are back with a new video. This is Shivam. This is Neha, and you're watching Beat Blaster. So, ਤੁਹਾਡੇ ਲਈ ਲੈ ਕੇ ਆ ਗਿਆ ਨਵਾਂ ਇੰਟਰਵਿਊ ਪ੍ਰੇਮ ਢਿੱਲੋਂ ਬਾਈ। ਮਤਲਬ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਹਿਲੇ ਕੁਝ ਹੋਇਆ ਹੋਗਾ ਦੋਵਾਂ ਦੇ ਵਿੱਚ, ਇਹਨਾਂ ਵਿਵਾਦਾਂ ਦੇ ਵਿੱਚ ਆਇਆ ਨਹੀਂ ਹੈ ਗੱਲ। ਇੱਕ ਦੋ ਰਿਪਲਾਈ ਸੀ ਸਟੋਰੀਆਂ ਦੇ ਉੱਤੇ, ਉਹ ਵੀ ਨੋਰਮਲ। ਪ੍ਰੇਮ ਢਿੱਲੋਂ ਬਾਈ ਨੇ ਕੋਈ ਰਿਪਲਾਈ ਨਹੀਂ ਕਰੇ ਸੀ। ਸੋ ਪ੍ਰੇਮ ਢਿੱਲੋਂ ਬਾਈ ਦਾ ਇੰਟਰਵਿਊ ਹੋਇਆ, ਉਹਨਾਂ ਨੇ ਕੁਝ ਕਿਹਾ ਹੋਗਾ ਸਿੱਧੂ ਮੂਸੇਵਾਲੇ ਦੇ ਬਾਰੇ ਮੇਂ, ਕਿਹਾ ਹੀ ਹੈ, ਵੀਡੀਓ ਸਾਹਮਣੇ ਟਾਈਟਲ ਲਿਖਾ ਹੋਇਆ। ਸੋ ਦੇਖਦੇ ਹਾਂ, ਪਹਿਲੀ ਬਾਤ ਤਾਂ ਇਹ ਕਿ ਇਹ ਇੰਟਰਵਿਊ ਹੈ, ਫੁੱਲ ਹੈ, ਮੈਂ ਦੇਖਾ ਤਾ ਯੂਟਿਊਬ 'ਤੇ, ਦੇਖਾ ਨਹੀਂ ਇੰਟਰਵਿਊ, ਬਾਹਰ ਹੀ ਟਾਈਟਲ ਹੀ ਦੇਖਾ ਤਾ, 19-20 ਮਿੰਟ ਗਏ। ਲੇਕਿਨ ਹਮ ਵੀਡੀਓ ਦੇਖਣ ਲੱਗੇ ਹਾਂ ਚਾਚਾ ਸਿੰਧੀ ਵੱਲੋਂ ਕਿ ਜੋ ਕਿ ਇੱਕ ਆਈ ਥਿੰਕ ਪਰਟੀਕੁਲਰ ਸਿੱਧੂ ਮੂਸੇਵਾਲੇ ਕੇ ਬਾਰੇ ਮੇਂ ਹੀ ਹੋਈ ਕਿ ਜਿੰਨੀ ਬਾਤ ਸਿੱਧੂ ਮੂਸੇਵਾਲੇ ਕੇ ਬਾਰੇ ਮੇਂ ਕਰੀ, ਆਈ ਥਿੰਕ ਉਤਨੀ ਹੀ ਹੋਗੀ ਇਸਮੇਂ। ਅਗਰ ਇਹ ਵੀਡੀਓ ਹਮ ਦੇਖਤੇ ਹੈ ਔਰ ਇਸਕੇ ਨੀਚੇ ਕਮੈਂਟਸ ਆਤੇ ਹੈਂ ਢੇਰ ਸਾਰੇ ਕਿ ਪੂਰਾ ਇੰਟਰਵਿਊ ਕਰੋ, ਤੋ ਹਮ ਪੂਰਾ ਇੰਟਰਵਿਊ ਰਿਐਕਸ਼ਨ ਕਰ ਦੇਂਗੇ ਕੱਲ। ਸੋ ਫਿਲਹਾਲ ਇਸਕੋ ਦੇਖਤੇ ਹੈ ਕਿ ਕਿਆ ਬਾਤਾਂ ਕਹੀ ਹੈ, ਫਿਰ ਕਰਤੇ ਹੈਂ ਬਾਕੀ ਬਾਤਾਂ ਡਿਸਕਸ। ਔਰ ਜੇ ਵੀਡੀਓ ਲਿੰਕ ਡਿਸਕ੍ਰਿਪਸ਼ਨ ਦੀ ਹੈ, ਸੋ ਕਨੇ ਪਲੇ। ਮੈਂ ਚਲੋ ਆਪਣੀ ਗੱਲ ਕਰਦਾ, ਕਿਸੇ ਦੀ ਤੇ ਕੀ ਗੱਲ ਕਰਨੀ। ਮੈਂ ਚਲੋ ਇੰਟੈਂਸ਼ਨਲੀ ਕਦੀ ਨਹੀਂ ਚਾਹਣਾ ਵੀ ਮੈਂ ਕਿਸੇ ਨੂੰ ਹਰਟ ਕਰਾਂ। ਇੰਡਸਟਰੀ 'ਚ ਸਾਰਿਆਂ ਨਾਲ ਬਹੁਤ ਵਧੀਆ ਬਣਦੀ ਹੈ, ਮਹਾਰਾਜ ਦੀ ਮਿਹਰ ਨਾਲ। ਜੇ ਕੋਈ ਇੱਕ ਅੱਧੀ ਗੱਲਬਾਤ ਹੋਈ ਵੀ ਆ, ਮੈਂ ਛੋਟੇ ਭਰਾ ਹੋਣ ਦੇ ਨਾਤੇ, ਕਿਉਂਕਿ ਮੇਰੇ ਤੋਂ ਸਾਰੇ ਵੱਡੇ, ਮੈਨੂੰ ਕਈ ਔਨ ਸਕਰੀਨ ਵੀ ਕਹਿੰਦੇ ਰਹੇ, ਸਿੱਧੂ ਭਾਉਣੀ ਵੀ ਆਉਂਦੇ ਰਹੇ, ਮੈਨੂੰ ਅਜੇ ਵੀ ਚੇਤਾ ਦਿਲ ਦੀਆਂ ਗੱਲਾਂ। ਇੱਕ ਆਪਣਾ ਸ਼ਾਇਦ ਸੋਨਮ ਬਾਜਵਾ ਦਾ ਸ਼ੋਅ ਹੈਗਾ, ਉਹਦੇ ਵਿੱਚ ਉਹਨਾਂ ਕੁਐਸਚਨ ਪੁੱਟ ਕੀਤਾ ਵੀ ਪ੍ਰੇਮ ਢਿੱਲੋਂ, ਸਿੱਧੂ ਭਾ ਨੇ ਆਖਿਆ ਵੀ ਮੇਰਾ ਛੋਟਾ ਭਰਾ। ਮੈਂ ਉਹ ਸਿੱਧੂ ਭਾ ਦੇ ਜਾਣ ਤੋਂ ਬਾਅਦ ਚਲੋ ਪਹਿਲਾਂ ਹੀ ਵੇਖੀ ਕਿ ਤੇ ਮੈਨੂੰ ਵੇਖੀ ਤੇ ਮੇਰਾ ਨਾ ਮਨ ਜਿਹਾ ਭਰ ਆਇਆ ਹਨਾ, ਵੀ ਸੁਣ ਕੇ ਗੱਲ। ਮੈਂ ਉਹ ਵੀਡੀਓ ਅਜੇ ਵੀ ਆਪਣੇ ਇੰਸਟਾਗ੍ਰਾਮ 'ਚ ਸੇਵ ਕਰਕੇ ਰੱਖੀ ਆ, ਜਦੋਂ ਕੋਈ ਟਾਈਮ ਲੰਘ ਗਿਆ ਜਾਂ ਲੇਟਲੀ ਵਿਖਾਇਆ ਕਰੂੰਗਾ ਵੀ ਸਿੱਧੂ ਭਾ ਇਦਾਂ ਆਉਂਦਾ ਹੈਗਾ। ਪ੍ਰੇਮ ਢਿੱਲੋਂ ਸਾਹਮਣੇ ਜੋ ਮਰਜ਼ੀ ਕਹਿ ਦੇ, ਮੇਰਾ ਛੋਟੇ ਭਰਾ ਹੋਣ ਦੇ ਨਾਤੇ ਇਹ ਫਰਜ਼ ਬਣਦਾ ਵਾ ਵੀ ਮੈਂ ਉਹਨੂੰ ਗਾਲੀ ਜਵਾਬ ਨਾ ਦਵਾਂ। ਰਿਸਪੈਕਟ, ਮੈਂ ਉਹੀ ਫਰਜ਼ ਨਿਭਾਇਆ, ਮੈਂ ਕੁਛ ਨਹੀਂ ਬੋਲਿਆ। ਤੇ ਜੇ ਗੱਲ ਆਖੀਏ ਵੀ ਨਹੀਂ ਸਾਡੇ ਵਿੱਚ ਕੋਈ ਬਹੁਤਾ ਖਾਸਾ ਵੱਡਾ ਫਰਕ ਹੀਗਾ, ਕੋਈ ਇਹੋ ਜਿਹੀ ਗੱਲ ਨਹੀਂ ਹੋਈ ਹੈਗੀ। ਈਵਨ ਸਾਡੀ ਹੁਣ ਚਲੋ ਉਹਨਾਂ ਕੈਨੇਡਾ ਦਾ ਪਲਾਨ ਕਰਨ ਡੇ ਕਿ ਸਾਡੀਆਂ ਗੱਲਾਂ ਬਾਤਾਂ ਵੀ ਹੋਈਆਂ ਹੈਗੀਆਂ, ਸਾਰਾ ਕੁਛ ਵਧੀਆ ਚੱਲਣ ਡਿਆਗਾ। ਇੱਕ ਨਿੱਕੇ ਮੋਟੇ ਜਿੱਦਾਂ ਕਹਿ ਲਓ ਵੀ ਥੋੜੇ ਬਹੁਤ ਫਰਕ ਪੈ ਜਾਂਦੇ ਆ ਕਿਸੇ ਨਾ ਕਿਸੇ ਗੱਲ ਦੇ, ਸੋਲ ਵੀ ਸਾਰਾ ਕੁਛ ਸਹੀ ਗਾ, ਸੋਲ ਗੁੱਡ ਹੀਗਾ। ਠੀਕ ਹੈ, ਸਿੱਧੂ ਭਾ ਨੇ ਜੇ ਕੋਈ ਆਖੇ ਵੀ ਨਹੀਂ ਗਾਣੇ ਕੱਢਤੇ ਜਾਂ ਉਹ ਕੱਢਤੇ, ਸਿੱਧੂ ਭਾ ਦੀ ਲਿਖਤ ਵੀ ਇਦਾਂ ਦੀ ਵੀ ਉਹ ਬੰਦਾ ਯੁਰਤ ਨਾ ਹਨਾ, ਜੋ ਵੀ ਲਿਖਦਾ ਹੈਗਾ ਉਹ ਬੰਦੇ ਦੀ ਹੈਬਿਟ ਹੀ ਕਿ ਵੀ ਸੱਚ ਰੱਖਣਾ ਸਾਹਮਣੇ ਜਾਂ ਜੋ ਮੌਕੇ ਤੇ ਚੱਲਣ ਡਿਆ ਸਾਹਮਣੇ ਰੱਖਣੀ ਚਾਹੀਦੀ। ਹੁਣ ਆ ਟੂ ਭਾ ਗਾਣਾ ਸੀਗਾ, ਸਾਡੀ ਪਲੈਨਿੰਗ ਸੀਗੀ ਵੀ ਇਕੱਠੇ ਬਣਾਵਾਂਗੇ, ਬਣ ਵੀ ਗਿਆ ਹੈਗਾ। ਚਲੋ ਹੁਣ ਵਰਸਿਸ ਵੀ ਕਈ ਲਿਖੇ ਕਿ ਮੈਂ ਚਲੋ ਬਿਆਨ ਨਹੀਂ ਕਰਨਾ ਚਾਹੁੰਦਾ ਵੀ ਕੀ ਲਿਖਿਆ ਸਿੱਧੂ ਭਾ ਨੇ ਹਨਾ, ਸਾਰਾ ਕੁਝ ਹੋ ਗਿਆ ਹੈਗਾ ਡਨ ਮੌਕੇ ਤੇ। ਹੁਣ ਜੋ ਮੇਰੇ ਕੀ ਆਖਾਂ ਹੁਣ ਇਹ ਗੱਲ ਵੀ ਮੈਂ ਤੇ ਆਪਣਾ ਫਰਜ਼ ਨਿਭਾਇਆ ਐਵੇਂ ਆਖ ਵੀ ਅਜੇ ਵੀ ਉਹ ਬਾਈ ਦੀ ਰਿਸਪੈਕਟ ਹਮੇਸ਼ਾ ਰਹੂਗੀ। ਇਹ ਗਾਣਾ ਟੂ ਪਾਕ ਹੈ ਨਾ, ਇਹ ਗਾਣਾ ਮੈਂ ਔਰ ਸਿੱਧੂ ਮੂਸੇਵਾਲਾ ਕਰ ਰਹੇ ਥੇ ਦੋਨੋਂ ਸਾਥ ਮੇਂ, ਤੋ ਉਨਕੀ ਜੋ ਵਰਸਿਸ ਹੈ ਵੋ ਮੈਂ ਸੁਣਾਉਂਗਾ ਨਹੀਂ ਅਭੀ, ਹੈ ਨਾ। ਤੋ ਮਤਲਬ ਸਿੱਧੂ ਮੂਸੇਵਾਲਾ ਨੇ ਵੀ ਲਿਖਣਾ ਥਾ ਯੇ ਗਾਣਾ ਸਾਥ ਮੇਂ ਆਣੀ, ਤੋ ਕੋਲੈਬੋਰੇਸ਼ਨ। ਔਰ ਦੂਸਰੀ ਬਾਤ ਇਹ, ਮੈਨੇ ਪ੍ਰੇਮ ਢਿੱਲੋਂ ਬਾਈ ਕੀ ਦੇਖੀ ਬੀਚ ਮੇਂ ਕਿ ਮਤਲਬ ਮੇਰੇ ਕੋ ਨਹੀਂ ਨਜ਼ਰ ਆਇਆ, ਵੈਸੇ ਹੋਗਾ ਵੋ ਹਮੇ ਨਹੀਂ ਪਤਾ, ਕਿ ਪ੍ਰੇਮ ਢਿੱਲੋਂ ਬਾਈ ਨੇ ਮਤਲਬ ਸਿੱਧੂ ਮੂਸੇਵਾਲਾ ਨੇ ਪ੍ਰੇਮ ਢਿੱਲੋਂ ਕੋ ਰਿਪਲਾਈ ਕੀਆ ਕਹੀਂ ਪੇ ਕੀਆ ਹੋਗਾ ਵੋ, ਇੱਕ ਦੋ ਵੀਡੀਓ ਸਾਹਮਣੇ ਵੀ ਦੇਖੀ ਸ਼ਾਇਦ, ਮੇਰੇ ਖਿਆਲ ਸੇ ਇੱਕ ਗਾਣਾ ਉਹ ਵੀ ਹੈ ਫੱਕ ਐ ਮੋਲ ਗਾਣਾ ਜਿਹੜਾ ਸਿੱਧੂ ਮੂਸੇ, ਉਹਦੇ 'ਚ ਕਿਹਾ ਨਹੀਂ ਹੈ ਇੱਕ ਕਿ ਇੱਕ ਮੇਰਾ ਹੀ ਬਣਾਇਆ ਕਹਿੰਦਾ ਇੱਟੀਆਂ ਮੈਂ ਕੀਤਾ, ਜੋ ਆਈ ਥਿੰਕ ਪ੍ਰੇਮ ਦੇ ਲੋਕ ਕਹਾਂ ਜਹਾਂ ਤੱਕ ਮੇਰੇ ਕੋਲ ਲੱਗਾ। ਔਰ ਬਾਕੀ ਉਹ ਬਤਾਉਣਾ ਵੀ ਉਹ ਲਾਈਨ ਕਿਸ ਲਈ, ਦੂਸਰਾ ਕਿ ਇੱਕ ਕਹਿੰਦਾ ਮੇਰਾ ਤੋੜ ਨਹੀਂ ਉਹ ਬੀਟਾ ਜਾਂ ਉਹ ਤਾਂ ਬਰਡ ਕੇ ਲਈ ਆਈ ਥਿੰਕ, ਤੋ ਉਹ ਉਸ ਪਰ ਮੈਨੇ ਪ੍ਰੇਮ ਢਿੱਲੋਂ ਬਾਈ ਕੋ ਨਹੀਂ ਦੇਖਾ, ਉਹਨਾਂ ਨੇ ਸਿੱਧੂ ਮੂਸੇਵਾਲੇ ਕੋ ਰਿਪਲਾਈ ਕੀਆ ਹੋ ਕਿਸੇ ਗਾਣੇ ਮੇਂ, ਜਾਂ ਫਿਰ ਹਮਨੇ ਨਹੀਂ ਸੁਣਾ ਵੋ ਗਾਣਾ, ਪਰ ਹਮਾਰੀ ਨਜ਼ਰ ਕੇ ਸਾਹਮਣੇ ਨਹੀਂ ਆਇਆ ਤੋ ਹਮ ਨਹੀਂ ਕਹੇਂਗੇ ਨਾ ਕਿ ਇਹਨਾਂ ਨੇ ਕਿਹਾ, ਔਰ ਯਹਾਂ ਪੇ ਕਿਤਨੀ ਇੱਜ਼ਤ ਕਰ ਰਹੇ ਹੈ ਯੇ ਕਿ ਨਹੀਂ ਯਾਰ ਮੇਰਾ ਵਿੱਚ, ਚਲੋ ਜੋ ਵੀ ਗੱਲਾਂ ਹੋ ਗਈਆਂ। ਔਰ ਸਿੱਧੂ ਮੂਸੇਵਾਲੇ ਨੇ ਕੁਛ ਇਤਨੇ ਜ਼ਿਆਦਾ ਰਿਪਲਾਈ ਨਹੀਂ ਕਰੇ, ਇੱਕ ਦੋ ਹੀ ਕਰੇ ਹੋਣਗੇ, ਉਹ ਇੱਕ ਨੇਚਰ ਹੀ ਐਸਾ ਉਨਕਾ ਯਾਰ, ਹੈ ਨਾ, ਹਾਂ ਉਹਨਾਂ ਨੂੰ ਖੁਦ ਮੰਨ ਲਈ ਚੀਜ਼। ਯੇ ਥੀ ਸਭਸੇ ਅੰਡਰਸਟੈਂਡਿੰਗ, ਕਿਤਨੀ ਕਮਾਲ ਕੀ ਬੋਂਡਿੰਗ ਔਰ ਅੰਡਰਸਟੈਂਡਿੰਗ, ਇਨਕੋ ਪਤਾ ਜੋ ਨੇਚਰ ਹੈ ਬੰਦੇ ਕਾ ਜੋ ਵੀ ਹੈ ਵੋ ਡਾਇਰੈਕਟ ਬੋਲ ਦਿੱਤਾ ਹੈ ਕਿ ਪਿੱਠ ਪਿੱਛੇ ਕਿਸੇ ਬਾਤ ਨਹੀਂ ਕਰਤਾ, ਵੋ ਇੱਕ ਸਿੱਧੂ ਮੂਸੇਵਾਲੇ ਕੀ ਵੀ ਖਾਸੀਅਤ ਥੀ। ਔਰ ਭਾਈ ਪ੍ਰੇਮ ਢਿੱਲੋਂ ਬਾਈ ਕੀ ਵੀ ਅੰਡਰਸਟੈਂਡਿੰਗ ਹੈ ਉਸ ਚੀਜ਼ ਕੇ ਲਈ, ਬੰਦੇ ਕਾ ਨੇਚਰ ਐਸਾ, ਤੋ ਮੇਰੇ ਕੋ ਹੀ ਸਮਝਣਾ ਪੜੇਗਾ ਉਸ ਚੀਜ਼ ਕੋ, ਹੈ ਨਾ। ਸੋ ਇਹ ਸੀ ਇੰਟਰਵਿਊ ਅਤੇ ਇਹ ਗੱਲਾਂ ਕਹੀਆਂ ਉਹਨਾਂ ਨੇ ਥੋੜ੍ਹੀ ਬਹੁਤ। ਬਾਕੀ ਮੇਰੇ ਖਿਆਲ ਸੇ ਪੂਰੇ ਇੰਟਰਵਿਊ ਮੇਂ ਔਰ ਵੀ ਜ਼ਿਆਦਾ ਬਾਤਾਂ ਹੋਗੀ, ਇਹ ਸ਼ੋਰਟ ਮੈਂ ਬਤਾਈ ਹੈ ਕਾਟ ਕਾਟ ਕੇ, ਤੋ ਹਮ ਦੇਖੇਂਗੇ ਪੂਰਾ ਇੰਟਰਵਿਊ। ਬਾਕੀ ਆਪ ਸਭੀ ਕਮੈਂਟਸ ਮੇਂ ਬਤਾਨਾ, ਤੋ ਫਿਰ ਹਮ ਜ਼ਰੂਰ ਦੇਖੇਂਗੇ। ਬਾਕੀ ਤੋ ਫਿਲਹਾਲ ਸ਼ੋਰਟ ਮੇਂ ਗਾਇਸ, ਥੈਂਕ ਯੂ ਸੋ ਮਚ ਫਾਰ ਵਾਚਿੰਗ ਦ ਵੀਡੀਓ, ਮਿਲਦੇ ਹੈ ਨੈਕਸਟ ਵੀਡੀਓ ਮੇਂ।